ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਚੌਥੀ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 19 ਬਾਬੇ ਭਗਨੈ ਦੀਆਂ ਪਿਆਰੀਆਂ ਗੱਲਾਂ ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਬਾਬਾ ਸੋਨ ਸਿੰਘ ਪਕੜਾ ਇੱਕ ਮਹਾਨ ਜੋਧਾ ਤੇ ਪ੍ਰਸਿੱਧ ਦੇਸ਼ ਭਗਤ ਹੋਏ ਸਨ ਆਪ ਅਮਰੀਕਾ ਵਸਦੇ ਭਾਰਤੀਆਂ ਵੱਲੋਂ ਬਣਾਈ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਉਹਨਾਂ ਨੇ ਆਪਣੇ ਜੀਵਨ ਦੇ 26 ਸਾਲ ਅੰਗਰੇਜ਼ਾਂ ਦੀ ਅੰਗਰੇਜ਼ਾਂ ਦੀਆਂ ਜੇਲਾਂ ਵਿੱਚ ਬਿਤਾਏ ਬਾਬਾ ਜੀ ਜਿੱਥੇ ਉੱਗੇ ਦੇਸ਼ ਭਗਤ ਸਨ ਉੱਥੇ ਬੜੀ ਹੀ ਨਿੱਗੀ ਤੇ ਉੱਚੀ ਸ਼ਖਸੀਅਤ ਦੇ ਮਾਲਕ ਵੀ ਸਨ। ਉਹਨਾਂ ਨੇ ਜੀਵਨ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਘਟਨਾਵਾਂ ਇੱਥੇ ਦਿੱਤੀਆਂ ਜਾਂਦੀਆਂ ਹਨ। ਕੈਦ ਕੱਟਣ ਪਿੱਛੋਂ ਆਪ ਪਿੰਡ ਹੀ ਰਹੇ। ਦੇਸ਼ ਭਗਤਾਂ ਦੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਉਹਨਾਂ ਨੇ ਕਿਰਤੀ ਕਿਸਾਨ ਆਸ਼ਰਮ ਖੋਦ ਲਿਆ। ਸਕੂਲ ਵਿੱਚ ਸਾਰੇ ਰਲ ਕੇ ਹੀ ਕੰਮ ਕਰਦੇ ਤੇ ਰਲ ਕੇ ਹੀ ਖਾਂਦੇ। ਉਹਨਾਂ ਨੇ ਬੱਚਿਆਂ ਦੇ ਸਕੂਲ ਲਈ ਆਪਣੀ 10 ਏਕੜ ਜ਼ਮੀਨ ਦੇ ਦਿੱਤੀ ਫਿਰ ਹਜ਼ਾਰਾਂ ਰੁਪਏ ਇਕੱਠੇ ਕਰਕੇ ਆਪਣੇ ਪਿੰਡ ਵਿੱਚ ਸਕੂਲ ਦੀ ਉਸਾਰੀ ਕਰਵਾਈ ਇੱਕ ਵਾਰ ਬਾਬਾ ਜੀ ਆਪਣੇ ਖੇਤਾਂ ਵੱਲ ਜਾ ਰਹੇ ਸਨ ਆਪਣੇ ਕਮਾਤ ਦੇ ਖੇਤ ਨੇੜੇ ਉਹਨਾਂ ਨੇ ਕੁਝ ਬੱਚਿਆਂ ਦੀ ਗੱਲਬਾਤ ਸੁਣੀ ਇਹ ਬੱਚੇ ਗੰਨੇ 'ਚ ਊਪਣ ਦੀਆਂ ਸਲਾਹਾਂ ਕਰ ਰਹੇ ਸਨ ਇਹ ਬੱਚੇ ਬਾਬਾ ਜੀ ਦੇ ਬਣਾਏ ਸਕੂਲ ਵਿੱਚ ਪੜ੍ਹਦੇ ਸਨ ਇੱਕ ਬੱਚੇ ਨੇ ਕਿਹਾ ਇਦਾਂ ਚੋਰੀਆਂ ਗੰਨੇ ਭਟਣਾ ਠੀਕ ਨਹੀਂ ਬਾਬਾ ਜੀ ਗੁੱਸੇ ਹੋਣਗੇ ਬਾਕੀ ਬੱਚੇ ਵੀ ਉਸਦੀ ਗੱਲ ਮੰਨ ਗਏ ਉਹ ਗੰਨੇ ਚੂਪੇ ਬਗੈਰ ਹੀ ਚਲੇ ਗਏ ਅਗਲੇ ਦਿਨ ਬਾਬਾ ਜੀ ਨੇ ਪ੍ਰਾਰਥਨਾ ਵੇਲੇ ਪਹਿਲੇ ਦਿਨ ਦੀ ਘਟਨਾ ਸੁਣਾਈ ਉਹਨਾਂ ਨੇ ਚੋਰੀਆਂ ਗੰਨੇ ਪੁੱਟਣ ਦੀ ਸਲਾਹ ਕਰਨ ਵਾਲੇ ਅਤੇ ਉਹਨਾਂ ਨੂੰ ਵਰਜਣ ਵਾਲੇ ਬੱਚਿਆਂ ਬਾਰੇ ਪੁੱਛਿਆ ਉਹਨਾਂ ਬੱਚਿਆਂ ਦੇ ਖੜੇ ਹੋਣ ਤੇ ਬਾਬਾ ਜੀ ਬਹੁਤ ਖੁਸ਼ ਹੋਏ ਤਾਂ ਉਹਨਾਂ ਨੇ ਕੇਵਲ ਉਹਨਾਂ ਬੱਚਿਆਂ ਨੂੰ ਹੀ ਨਹੀਂ ਸਗੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਕਮਾਦ ਦੇ ਖੇਤ ਵਿੱਚ ਜਾ ਕੇ ਗੰਨੇ ਚੂਪਣ ਲਈ ਕਿਹਾ ਇੱਕ ਵਾਰ ਕਿਸੇ ਦੇਸ਼ ਦਾ ਰਾਜਦੂਤ ਬਾਬਾ ਜੀ ਦੇ ਆਸ਼ਰਮ ਵਿੱਚ ਉਹਨਾਂ ਨੂੰ ਮਿਲਣ ਆਇਆ ਉਸਨੇ ਬਾਬਾ ਜੀ ਤੋਂ ਪੁੱਛਿਆ ਬਾਬਾ ਜੀ ਤੁਹਾਡੀ ਸੰਤਾਨ ਸੰਤਾਨ ਬਾਬਾ ਜੀ ਨੇ ਸਹਿਜ ਸੁਭਾਅ 300 ਕਹਿ ਦਿੱਤਾ ਰਾਜਦੂਤ ਬੜਾ ਹੈਰਾਨ ਹੋਇਆ ਉਸਦੇ ਦੁਬਾਰਾ ਪੁੱਛਣ ਤੇ ਬਾਬਾ ਜੀ ਨੇ ਸਾਹਮਣੇ ਸਕੂਲ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਕਿਹਾ ਉਹ ਸਾਹਮਣੇ ਸਕੂਲ ਵਿੱਚ ਪੜ੍ਹਦੇ ਹਨ ਮੇਰੇ 300 ਬੱਚੇ ਉਹ ਸਕੂਲ ਦੇ ਸਾਰੇ ਕਮਰੇ ਆ ਨੂੰ ਹੀ ਆਪਣੀ ਸੰਤਾਨ ਸਮਝਦੇ ਸਨ ਸਾਰੇ ਬੱਚਿਆਂ ਨੂੰ ਹੀ ਆਪਣੀ ਸੰਤਾਨ ਸਮਝਦੇ ਸਨ ਇੱਕ ਵਾਰ ਬਾਬਾ ਸੋਹਣ ਸਿੰਘ ਭਕਨਾਂ ਨੂੰ ਉਹਨਾਂ ਦੇ ਲਿਖੇ ਇੱਕ ਲੇਖ ਦੇ ਸੇਵਾਫਲ ਵਜੋਂ 300 ਰੁਪਏ ਮਿਲੇ ਉਹਨਾਂ ਨੇ ਇਹਨਾਂ ਪੈਸਿਆਂ ਨਾਲ ਸਕੂਲ ਦੇ ਗਰੀਬ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਲੈ ਦਿੱਤੇ ਇਸ ਤਰ੍ਹਾਂ ਉਹਨਾਂ ਨੂੰ ਜਿਹੜੀ ਆਮਦਨ ਹੁੰਦੀ ਸਕੂਲ ਦੇ ਬੱਚਿਆਂ ਲਈ ਖਰਚ ਕਰ ਦਿੱਤੀ ਜਾਂਦੀ ਬਾਬਾ ਜੀ ਨੇ ਜਿਹੜਾ ਸਕੂਲ ਬਣਵਾਇਆ ਬਣਾਇਆ ਉਸ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਸਕੂਲ ਦੇ ਅਧਿਆਪਕ ਵੀ ਤੇ ਬੱਚੇ ਵੀ ਮਿਲ ਕੇ ਯਤਨ ਕਰਦੇ ਸਨ ਇੱਕ ਵਾਰ ਲੋਹੜੀ ਦਾ ਦਿਨ ਸੀ ਇਸ ਮੌਕੇ ਤੇ ਉਸ ਬੇਲੇ ਦੇ ਮੁਖ ਅਧਿਆਪਕ ਬੱਚਿਆਂ ਨੂੰ ਨਾਲ ਲੈ ਕੇ ਬਾਬਾ ਜੀ ਦੇ ਆਸ਼ਰਮ ਗਏ ਬਾਬਾ ਜੀ ਨੇ ਮਾਤਾ ਜੀ ਨੂੰ ਪੁੱਛਿਆ ਘਰ ਵਿੱਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਚੰਗੀ ਲੱਗਦੀ ਏ ਮਾਤਾ ਜੀ ਨੇ ਮੱਝ ਵੱਲ ਇਸ਼ਾਰਾ ਕੀਤਾ ਬਾਬਾ ਜੀ ਕਹਿਣ ਲੱਗੇ ਘਰ ਦੀ ਕਿਸੇ ਚੀਜ਼ ਨਾਲੋਂ ਸਕੂਲ ਕਿਤੇ ਚੰਗਾ ਹੁੰਦਾ ਹੈ ਜਿੱਥੇ ਬੱਚਿਆਂ ਦੀ ਜ਼ਿੰਦਗੀ ਬਣਦੀ ਏ ਇਹ ਮੱਝ ਸਕੂਲ ਨੂੰ ਦਾਨ ਦੇ ਦਿਓ ਮਾਤਾ ਜੀ ਨੇ ਮੱਝ ਕਿੱਲੇ ਤੋਂ ਖੋਲੀ ਤੇ ਲੋੜੀ ਮੰਗਣ ਵਾਲਿਆਂ ਨੂੰ ਫੜਾ ਦਿੱਤੀ ਉਹਨਾਂ ਮੱਝ ਵੇਚ ਕੇ ਰਕਮ ਸਕੂਲ ਫੰਡ ਵਿੱਚ ਜਮ੍ਹਾਂ ਕਰ ਲਈ ਇਸ ਤਰ੍ਹਾਂ ਬਾਬਾ ਜੀ ਹੀ ਨਹੀਂ ਮਾਤਾ ਜੀ ਵੀ ਬੱਚਿਆਂ ਦੀ ਭਲਾਈ ਲਈ ਸਭ ਕੁਝ ਅਰਪਣ ਕਰਨ ਲਈ ਤਿਆਰ ਰਹਿੰਦੇ ਸਨ ਇੱਕ ਵਾਰ ਬਾਬਾ ਜੀ ਆਪਣੇ ਪੁਰਾਣੇ ਘਰ ਨੂੰ ਟਾ ਕੇ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਸਨ ਇੱਕ ਦਿਨ ਉਹ ਪਿੰਡ ਦੇ ਮਿਸਤਰੀਆਂ ਨੂੰ ਲੈ ਕੇ ਗਾਢਰ ਆਦ ਲੈਣ ਲਈ ਸ਼ਹਿਰ ਚਲੇ ਗਏ ਰਾਸਤੇ ਵਿੱਚ ਟੱਪਰੀਵਾਸਾਂ ਦੀਆਂ ਟੱਪਰੀਆਂ ਵੇਖ ਕੇ ਮਨ ਪੰਗਰ ਗਿਆ ਸ਼ਹਿਰ ਤੋਂ ਗਾਡਰ ਦੀ ਥਾਂ ਬਾਸ ਅਤੇ ਸਰਕੀਆਂ ਲੈ ਕੇ ਮੁੜੇ ਫਿਰ ਉਹ ਇਨ੍ਹਾਂ ਝੁੱਗੀਆਂ ਜਿਹੇ ਘਰ ਵਿੱਚ ਹੀ ਅੰਤਲੇ ਪਾਰਾਂ ਤੱਕ ਰਹੇ ਕੋਈ ਪੁੱਛਦਾ ਤਾਂ ਕਹਿੰਦੇ ਮੇਰੇ ਦੇਸ਼ ਦੀ ਜਨਤਾ ਨੂੰ ਚੱਜ ਨਾਲ ਰਹਿਣ ਯੋਗੇ ਮਕਾਨ ਨਹੀਂ ਜੁੜੇ ਫਿਰ ਮੇਰੀ ਦੇਸ਼ ਭਗਤੀ ਕਾਦੀ ਹੋਈ ਜੇਕਰ ਮੈਂ ਆਲੀਸ਼ਾਨ ਘਰਾਂ ਵਿੱਚ ਰਹਾਂ ਉਨਾ ਵੱਲੋਂ ਲਾਇ ਇੱਕ ਆੜੂ ਦੇ ਬੂਟੇ ਨੂੰ ਇੱਕ ਵਾਰ ਇੱਕ ਆੜੂ ਲੱਗਾ ਬੱਚਿਆਂ ਨੇ ਚਾਈ ਚਾਈ ਬਾਬਾ ਜੀ ਨੂੰ ਦੱਸਿਆ ਉਸ ਆੜੂ ਉੱਤੇ ਕੱਪੜੇ ਦੀ ਪੋਟਲੀ ਜਹੀ ਚੜਵਾ ਦਿੱਤੀ ਗਈ ਪੱਕ ਜਾਣ ਤੇ ਬਾਬਾ ਜੀ ਨੇ ਉਸ ਆੜੂ ਨੂੰ ਬੱਚਿਆਂ ਵਿੱਚ ਪੂਰਾ ਪੂਰਾ ਕਰਕੇ ਵੰਡਿਆ ਇਸ ਸਾਂਝੀ ਵੰਡ ਵਿੱਚ ਬਾਬਾ ਜੀ ਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ ਇਸ ਮਹਾਨ ਦੇਸ਼ਪੱਖ ਦਾ ਜਨਮ ਪਿੰਡ ਪਕਣਾ ਵਿਖੇ ਜਨਵਰੀ 1870 ਈਸਵੀ ਨੂੰ ਹੋਇਆ ਬੱਚਿਆਂ ਤੇ ਜਨਤਾ ਦਾ ਸੱਚਾ 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 ਸੁੱਚਾ ਹਮਦਰਦ ਬੜੀ ਸੇਤਮੰਦ ਤੇ ਲੰਮੀ ਉਮਰ ਆ ਭੋਗ ਕੇ 21 ਦਸੰਬਰ 1968 ਈਸਵੀ ਨੂੰ ਸਦਾ ਲਈ ਅੱਖਾਂ ਮੀਟ ਗਿਆ। ਹੁਣ ਬੱਚਿਓ ਆਪਾਂ ਇਸ ਦਾ ਪਾਠ ਵਿਆਸ ਕਰਦੇ ਹਾਂ। ਪੜ੍ਹੋ ਅਤੇ ਸਮਝੋ। ਆਸ਼ਰਮ, ਅਸਥਾਨ ਰਹਿਣ ਦਾ ਡੇਰਾ, ਮੋਹ, ਪਿਆਰ, ਕਮਾਦ, ਗੰਨਾ ਗੰਨੇ ਦੀ ਫਸਲ, ਸੰਤਾਨ, ਔਲਾਦ, ਬਾਲ ਬੱਚਾ, ਸੇਵਾ ਫਲ, ਮਿਹਨਤਾਨਾ, ਕੰਮ ਕਰਨ ਬਦਲੇ ਮਿਲੇ ਰੁਪਏ, ਆਮਦਨ, ਕਮਾਈ, ਮੁਨਾਫਾ, ਅਰਪਣ। ਬੇਟਾਦਾਨ ਆਲੀਸ਼ਾਨ ਸ਼ਾਨਦਾਰ ਹਮਦਰਦ ਦੁੱਖ ਵੰਡਾਉਣ ਵਾਲਾ ਸਿਹਤਮੰਦ aroog ਜਾਂ ਫਿਰ ਰਾਜੀ ਠੀਕ ਸ਼ਬਦ ਚੁਣ ਕੇ ਖਾਲੀ ਥਾਂ ਮਾ ਭਰੋ ਬਾਬਾ ਜੀ ਗਦਰ ਪਾਰਟੀ ਦੇ ਪਹਿਲੇ ਡੈਸ਼ ਸਨ ਕੀ ਸਨ ਬੱਚਿਓ ਪ੍ਰਧਾਨ ਅੜਾ ਸਾਰੇ ਬੱਚਿਆਂ ਨੂੰ ਕਮਾਦ ਦੇ ਖੇਤ ਵਿੱਚ ਜਾ ਕੇ ਡੈਸ਼ ਚੁੱਪਣ ਲਈ ਕਿਹਾ ਕੀ ਚੁੱਪਣ ਲਈ ਗੰਨੇ ਈਡੀ ਇਹ ਮੱਝ ਸਕੂਲ ਨੂੰ ਡੈਸ਼ ਦੇਣ ਲਈ ਖੋਲ ਦਿਓ ਕੀ ਦੇਣ ਲਈ ਦਾਨ ਸਸਾ ਮਾਤਾ ਜੀ ਵੀ ਬੱਚਿਆਂ ਦੀ ਭਲਾਈ ਲਈ ਸਭ ਕੁਝ ਡੈਸ਼ ਕਰਨ ਲਈ ਤਿਆਰ ਰਹਿੰਦੇ ਸਨ ਕੀ ਕਰਨ ਲਈ ਅਰਪਣ ਹਾ ਹਾ ਮੇਰੇ ਦੇਸ਼ ਦੀ ਜਨਤਾ ਨੂੰ ਚੱਜ ਨਾਲ ਰਹਿਣ ਜੋਗੇ ਡੈਸ਼ ਨਹੀਂ ਜੁੜੇ ਕਿਹਨੇ ਜੁੜੇ ਬੱਚੋ ਮਕਾਨ ਮਕਾਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਬਾਬਾ ਸੋਨ ਸਿੰਘ ਪਕਨਾ ਕੌਣ ਸਨ ਬਾਬਾ ਸੋਨ ਸਿੰਘ ਪਕਨਾ ਇੱਕ ਮਹਾਨ ਯੋद्धा ਤੇ ਪ੍ਰਸਿੱਧ ਦੇਸ਼ ਭਗਤ ਸਨ ਆਪ ਅਮਰੀਕਾ ਵਸਦੇ ਭਾਰਤੀਆਂ ਵੱਲੋਂ ਬਣਾਈ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਆਪਨੇ ਆਪਣੇ ਜੀਵਨ ਦੇ 26 ਸਾਲ ਅੰਗਰੇਜ਼ਾਂ ਦੀਆਂ ਜੇਲਾਂ ਵਿੱਚ ਬਿਤਾਏ ਬਾਬਾ ਸੋਨ ਸਿੰਘ ਪਕਣਾ ਨੇ ਕਿਹੜਾ ਆਸ਼ਰਮ ਖੋਲ੍ਹਿਆ ਤੇ ਕਿਉਂ ਬਾਬਾ ਸੋਨ ਸਿੰਘ ਪਕਣਾ ਜੀ ਨੇ ਆਪਣੇ ਪਿੰਡ ਵਿੱਚ ਦੇਸ਼ ਭਗਤਾਂ ਦੇ ਬੱਚਿਆਂ ਦੇ ਪਾਲਨ ਪੋਸ਼ਣ ਲਈ ਕਿਰਤੀ ਕਿਸਾਨ ਆਸ਼ਰਮ ਖੋਲ੍ਹਿਆ ਰਾਜਦੂਤ ਨੇ ਬਾਬਾ ਜੀ ਤੋਂ ਕੀ ਪੁੱਛਿਆ ਅਤੇ ਬਾਬਾ ਜੀ ਨੇ ਕੀ ਉੱਤਰ ਦਿੱਤਾ ਰਾਜਦੂਤ ਨੇ ਜਦੋਂ ਬਾਬਾ ਜੀ ਨੂੰ ਉਹਨਾਂ ਦੀ ਸੰਤਾਨ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਸਕੂਲ ਵਿੱਚ ਪੜ੍ਹਦੇ 300 ਬੱਚਿਆਂ ਨੂੰ ਆਪਣੀ ਸੰਤਾਨ ਆਪਣੀ ਸੰਤਾਨ ਦੱਸਿਆ ਬਾਬਾ ਜੀ ਨੇ ਲੇਖ ਦੇ ਸੇਵਾਫਲ ਦੇ ਪੈਸੇ ਕਿੱਥੇ ਖਰਚ ਕੀਤੇ ਬਾਬਾ ਜੀ ਨੇ ਲੇਖ ਦੇ ਸੇਵਾਫਲ ਦੇ ਪੈਸੇ ਗਰੀਬ ਬੱਚਿਆਂ ਦੀਆਂ ਵਰਦੀਆਂ ਅਤੇ ਬੂਟਾਂ ਉੱਤੇ ਖਰਚ ਕੀਤੇ ਲੋੜੀ ਦੇ ਮੌਕੇ ਤੇ ਮੱਜਦਾਨ ਕਰਨ ਸਮੇਂ ਬਾਬਾ ਜੀ ਨੇ ਮਾਤਾ ਜੀ ਨੂੰ ਕੀ ਕਿਹਾ ਲੋੜੀ ਦੇ ਮੌਕੇ ਤੇ ਮੱਜਦਾਨ ਕਰਨ ਸਮੇਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ ਕਰ ਦੀ ਕਿਸੇ ਵੀ ਚੀਜ਼ ਨਾਲੋਂ ਸਕੂਲ ਕਿਤੇ ਚੰਗਾ ਹੁੰਦਾ ਹੈ ਜਿੱਥੇ ਬੱਚਿਆਂ ਦੀ ਜ਼ਿੰਦਗੀ ਬਣਦੀ ਏ ਇਹ ਮੱਜ ਸਕੂਲ ਨੂੰ ਦਾਨ ਦੇ ਦਿਓ ਅੰਤਲੇ ਪਲਾਂ ਤੱਕ ਬਾਬਾ ਜੀ ਝੁੱਗੀਆਂ ਜਿਹੇ ਘਰ ਵਿੱਚ ਹੀ ਕਿਉਂ ਰਹੇ ਬਾਬਾ ਜੀ ਜਦੋਂ ਆਪਣਾ ਪੁਰਾਣਾ ਘਰ ਟਾ ਕੇ ਨਵਾਂ ਬਣਾਉਣ ਲਈ ਸ਼ਹਿਰੋਂ ਗਾਡਰ ਲੈਣ ਗਏ ਤਾਂ ਰਸਤੇ ਵਿੱਚ ਟਪਰੀ ਬਾਸਾਂ ਦੀਆਂ ਝੁੱਗੀਆਂ ਦੇਖ ਕੇ ਉਹਨਾਂ ਦਾ ਮਨ ਪਿਗਲ ਗਿਆ। ਉਹ ਸ਼ਹਿਰੋਂ ਗਾਡਰਾਂ ਦੀ ਥਾਂ ਬਾਸ ਤੇ ਸਰਕੀਆਂ-ਸਰਕੀਆਂ ਲਿਆ ਕੇ ਝੁੱਗੀਆਂ ਜਿਹਾ ਘਰ ਬਣਾ ਕੇ ਰਹਿਣ ਲੱਗੇ। ਬਾਬਾ ਜੀ ਅਤੇ ਬੱਚਿਆਂ ਨੂੰ ਕਿਹੜੀ ਸਾਂਝੀ ਵੰਡ ਕਰਕੇ ਖੁਸ਼ੀ ਹੋਈ। ਬਾਬਾ ਜੀ ਵੱਲੋਂ ਲਾਏ ਆੜੂ ਦੇ ਬੂਟੇ ਤੇ ਇੱਕ ਬਾਰ ਆੜੂ ਲੱਗਾ। ਤੱਕ ਜਾਣ ਤੇ ਬਾਬਾ ਜੀ ਨੇ ਉਸ ਆੜੂ ਨੂੰ ਬੱਚਿਆਂ ਵਿੱਚ ਪੂਰਾ-ਪੂਰਾ ਕਰਕੇ ਵੰਡਿਆ। ਇਸ ਸਾਂਝੀ ਵੰਡ ਵਿੱਚ ਬਾਬਾ ਜੀ ਅਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ। ਹੈਡ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਦੇਸ਼ ਭਗਤ ਸ਼ਹੀਦ ਭਗਤ ਸਿੰਘ ਪ੍ਰਸਿੱਧ ਦੇਸ਼ ਭਗਤ ਸੀ। ਗਦਰ ਪਾਰਟੀ ਬਾਬਾ ਜੀ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ। ਮੁਖ ਅਧਿਆਪਕ ਸਾਡੇ ਮੁਖ ਅਧਿਆਪਕ ਜੀ ਬਹੁਤ ਚੰਗੇ ਸੁਭਾਅ ਦੇ ਹਨ। ਸਕੂਲ ਫੰਡ ਸਰਪੰਚ ਜੀ ਨੇ ਸਕੂਲ ਫੰਡ ਵਜੋਂ 5000 ਰੁਪਏ ਦਾਨ ਦਿੱਤੇ। ਸਾਂਝੀ ਵੰਡ ਬਾਬਾ ਜੀ ਨੇ ਆੜੂ ਦੀ ਸਾਂਝੀ ਵੰਡ ਕਰਕੇ ਬੱਚਿਆਂ ਵਿੱਚ ਵੰਡ ਦਿੱਤੀ ਵੰਡ ਦਿੱਤਾ ਸੇਵਾ ਫਲ ਮੈਨੂੰ ਮੇਰੇ ਕੰਮ ਦਾ ਸੇਵਾ ਫਲ ਮਿਲਦਾ ਹੈ ਇਸ ਪਾਠ ਵਿੱਚ ਇਹੜ ਲਿਕੇ ਸ਼ਬਦ ਆਏ ਹਨ ਇਹਨਾਂ ਨੂੰ ਸਮਝੋ ਸਭ ਤੋਂ ਪਹਿਲਾਂ ਆ ਗਿਆ ਬੱਚੋ ਗਦਰ ਪਾਰਟੀ ਭਾਰਤ ਤੋਂ ਬਾਹਰ ਰਹਿਣ ਵਾਲੇ ਹਿੰਦੁਸਤਾਨੀ ਦੇਸ਼ ਭਗਤਾਂ ਦੀ ਇੱਕ ਜਮਾਤ ਜਿਸ ਦਾ ਕੰਮ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣਾ ਸੀ ਰਾਜਦੂਤ ਕਿਸੇ ਰਾਜ ਜਾਂ ਸਰਕਾਰ ਵੱਲੋਂ ਕਿਸੇ ਹੋਰ ਰਾਜ ਜਾਂ ਸਰਕਾਰ ਵੱਲ ਕਿਸੇ ਵਿਸ਼ੇਸ਼ ਮਨੋਰਥ ਲਈ ਭੇਜਿਆ ਗਿਆ ਸਥਾਈ ਪ੍ਰਤੀਨਿਧ ਜਾਂ ਦੂਤ ਸਿਰਕੀਆਂ ਕਾਨੇ ਦੀਆਂ ਤੀਲਾਂ ਨੂੰ ਨਾਲ-ਨਾਲ ਰੱਖ ਕੇ ਤੇ ਵਿਚੋਂ ਦੀ ڪرਸੀ ਲਗਾ ਕੇ ਬਣਾਇਆ ਤਰੰਡਾ ਜਾਂ ਜੋ ਛੱਤਾਂ ਤੇ ਪੈਂਦਾ ਹੈ ਬੂਹੇ ਜਾਂ bari ਅੱਗੇ ਲਟਕਣ ਵਾਲੀ ਚਿੱਕ ਨੰਬਰ 6 ਆ ਗਿਆ ਸਾਡੇ ਕੋਲ ਅਧਿਆਪਕ ਨੇ ਮੈਂ ਲਿਖਤ ਬਾਖ ਬੋਲ ਕੇ ਇਹ ਤੇ ਵਿਦਿਆਰਥੀਆਂ ਨੂੰ ਲਿਖਣ ਲਿਖਣ ਲਈ ਕਹਿਣਾ ਬੱਚਿਓ ਸੋਡੇ ਦੇ ਆਪਕੇ ਇਹ ਸ਼ਬਦ ਤੁਹਾਨੂੰ ਬੋਲਣਗੇ ਤੇ ਤੁਸੀਂ ਸੁਣ ਕੇ ਲਿਖਣੇ ਨੇ ਸਕੂਲ ਵਿੱਚ ਸਾਰੇ ਰਲ ਕੇ ਕੰਮ ਕਰਦੇ ਹਨ ਬਾਬਾ ਜੀ ਨੇ ਪਿੰਡ ਵਿੱਚ ਸਕੂਲ ਦੀ ਉਸਾਰੀ ਕਰਵਾਈ ਰਾਜਦੂਤ ਬੜਾ ਹੈਰਾਨ ਹੋਇਆ ਸਕੂਲ ਵਿੱਚ ਬੱਚਿਆਂ ਦੀ ਜ਼ਿੰਦਗੀ ਬਣਦੀ ਹੈ ਸਾਂਝੀ ਵੰਡ ਤੋਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ ਬਾਬਾ ਸੋਨ ਸਿੰਘ ਪਕਣਾ ਦੇ ਜੀਵਨ ਨਾਲ ਸੰਬੰਧਿਤ ਗੱਲਾਂ ਹੇਠ ਲਿਖੇ ਗੋਲ ਚੱਕਰਾਂ ਵਿੱਚ ਲਿਖੋ ਕੌਣ ਕੌਣ ਸੀ ਬੱਚਿਓ ਬਾਬਾ ਸੋਨ ਸਿੰਘ ਪਕਣਾ ਉਹ ਪਾਰਟੀ ਦੇ ਪਹਿਲੇ ਪ੍ਰਧਾਨ ਸੀ ਕਿਰਤੀ ਕਿਸਾਨ ਆਸ਼ਰਮਾ ਇਥੇ ਵਿੱਚੋਂ ਕਿਸਾਨ ਲਿਖਣਾ ਹੈ ਬੱਚਿਓ ਆਪਾਂ ਨੇ ਲਿਖਣਾ ਇੱਥੇ ਕਿਰਤੀ ਇਹ ਤੋਂ ਬਾਅਦ ਕਿਸਾਨ ਆਸ਼ਰਮ ਠੀਕ ਹੈ ਇਸ ਦੀ ਜਗ੍ਹਾ ਤੇ ਆਪਾਂ ਨੇ ਇਹ ਵਾਲਾ ਚੀਜ਼ ਲਿਖਣੀ ਹੈ ਕਿਰਤੀ ਕਿਸਾਨ ਆਸ਼ਰਮ ਸਕੂਲ ਦੀ ਉਸਾਰੀ ਕਰਵਾਈ ਸੀ ਉਹਨਾਂ ਨੇ ਉਹਨਾਂ ਨੇ ਸਾਂਝੀ ਵੰਡ ਕੀਤੀ ਸੀ ਸਕੂਲ ਲਈ ਸੇਵਾ ਫਲਦੇ ਤੇ ਮੱਜਦਾਨ ਕੀਤੀ ਸੀ ਜਨਮ ਤੇ ਉਹਨਾਂ ਦਾ ਕਲਚਰ ਚਲਾਣਾ ਹੇਡ ਲਿਖੇ ਵਿਸ਼ੇ ਤੇ ਲੇਖ ਲਿਖੋ ਠੰਡ ਦਾ ਇੱਕ ਦਿਨ ਬੀਤੇ 8 ਜਨਵਰੀ ਦਾ ਦਿਨ ਬਹੁਤ ਹੀ ਜ਼ਿਆਦਾ ਠੰਡ ਸੀ ਬੀਤੇ 8 ਜਨਵਰੀ ਦਾ ਦਿਨ ਬਹੁਤ ਹੀ ਜ਼ਿਆਦਾ ਠੰਡਾ ਸੀ ਇਸ ਦਿਨ ਮੈਨੂੰ ਸਵੇਰੇ ਬਿਸਤਰੇ ਵਿੱਚੋਂ ਨਿਕਲਦਿਆਂ ਹੀ ਬਹੁਤ ਠੰਡ ਮਹਿਸੂਸ ਹੋਈ ਮੈਂ ਸਕੂਲ ਜਾਣਾ ਸੀ ਮੇਰੇ ਉੱਠਣ ਤੋਂ ਪਹਿਲਾਂ ਹੀ ਮੇਰੇ ਪਾਪਾ ਨਹਾ ਕੇ ਪਾਠ ਕਰ ਰਹੇ ਸਨ ਤੇ ਮੇਰੇ ਮੰਮੀ ਰਸੋਈ ਵਿੱਚੋਂ ਕੰਮ ਕਰਦੇ ਹੋਏ ਪਾਠ ਕਰ ਰਹੇ ਸਨ ਟੀਵੀਜ਼ਨ ਤੋਂ ਖਬਰ ਆ ਰਹੀ ਸੀ ਕਿ ਅੱਜ ਦਾ ਤਾਪਮਨ -1 ਡਿਗਰੀ ਸੈਂਟੀਗ੍ਰੇਡ ਸੀ ਤੇ ਇਹ 2 ਡਿਗਰੀ ਸੈਂਟੀਗ੍ਰੇਡ ਰਹੇਗਾ ਤੇ ਧੁੱਪ ਪਛਾਈ ਰਹੇਗੀ ਇਨੇ ਨੂੰ ਮੇਰੀ 3 ਸਾਲਾਂ ਦੀ ਛੋਟੀ ਭੈਣ ਬਿਸਤਰੇ ਵਿੱਚ ਪਈ ਰੋਣ ਲੱਗ ਪਈ ਮੰਮੀ ਜਲਦ ਨਾਲ ਜਲਦੀ ਨਾਲ ਉਸ ਕੋਲ ਗਏ ਤੇ ਉਸਦੇ ਮੰਜੇ ਤੋਂ ਉੱਠਣ ਤੋਂ ਪਹਿਲਾਂ ਉਸਦੇ ਗਲ ਵਿੱਚ ਬੰਦ ਉਸ ਗਲ ਵਿੱਚ ਬੰਦ ਗਲੇ ਦਾ ਸਵੈਟਰ ਤੇ ਪੈਰੀ ਜਰਾਬਾਂ ਪਾ ਦਿੱਤੀਆਂ ਉਹਨਾਂ ਨੇ ਮੈਨੂੰ ਜਲਦੀ ਨਹਾ ਤੋ ਕੇ ਕੱਪੜੇ ਪਾਉਣ ਤੇ ਤਿਆਰ ਹੋਣ ਲਈ ਕਿਹਾ ਮੈਂ ਜਲਦੀ ਸਾਰਾ ਕੰਮ ਮੁਕਾ ਕੇ ਸਕੂਲ ਦੀ ਗਰਮ ਡਰੈੱਸ ਪਾ ਲਈ ਜਿਸ ਵਿੱਚ ਹੇਠਾਂ ਇੱਕ ਪੂਰੀਆਂ ਬਾਹਾਂ ਦਾ ਨੀਲਾ ਸਵੈਟਰ ਤੇ ਉੱਪਰ ਉਸੇ ਰੰਗ ਦਾ ਕੋਟ ਸੀ ਗਲ ਵਿੱਚ ਟਾਈ ਸੀ ਤੇ ਪੈਰੀ ਗਰਮ ਜਰਾਬਾਂ ਤੇ ਬੂਟਸਨ ਬ੍ਰੇਕਫਾਸਟ ਮੰਗਰੋ ਮੈਂ ਬਸਤਾ ਚੁੱਕਿਆ ਤੇ ਮੰਮੀ ਜੀ ਨੇ ਗਲ ਵਿੱਚ ਮਫਲਰ ਤੇ ਹੱਥਾਂ ਵਿੱਚ ਦਸਤਾਨੇ ਪਾਉਣ ਲਈ ਕਿਹਾ ਫਿਰ ਮੈਂ ਸਾਈਕਲ ਉੱਤੇ ਚੜ ਕੇ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਬਾਹਰ ਸੰਘਣੀ ਧੁੰਦ ਪਈ ਹੋਈ ਸੀ ਅਤੇ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਸਨ ਸੜਕ ਉੱਤੇ ਲੋਕ ਸਾਈਕਲਾਂ ਮੋਟਰਸਾਈਕਲਾਂ ਤੇ ਰਿਕਸ਼ਿਆਂ ਉੱਤੇ ਮੂੰਹ ਸਿਰ ਟਕੀਂ ਇੱਧਰ ਉੱਧਰ ਜਾ ਰਹੇ ਸਨ ਕਈ ਵਿਚਾਰਿਆਂ ਦੇ ਗਲ ਸਵੈਟਰ ਵੀ ਨਹੀਂ ਸੀ ਤੇ ਕਈਆਂ ਨੇ ਆਪਣੇ ਉੱਪਰ ਖੇਸੀਆਂ ਜਾਂ ਕੰਬਲ ਲਏ ਹੋਏ ਸਨ ਸਭ ਤੋਂ ਵੱਧ ਮੌਜੂਕਾਰਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਸੀ ਪਰ ਉਹੋ ਵੀ ਹੌਲੀ-ਹੌਲੀ ਜਾ ਰਹੇ ਸਨ ਰਾਹ ਵਿੱਚ ਲੋਕ ਧੂਣੀਆਂ ਲਾਈਂ ਅੱਗ ਸੇਕ ਰਹੇ ਸਨ ਤੇ ਕਈ ਹਲਵਾਈਆਂ ਦੀਆਂ ਅੰਗੀਠੀਆਂ ਕੋਲ ਖੜੇ ਹੋ ਕੇ ਗਰਮ-ਗਰਮ ਚਾਹ ਪੀ ਰਹੇ ਸਨ। ਸਕੂਲ ਪਹੁੰਚ ਕੇ ਮੈਂ ਦੇਖਿਆ ਕਿ ਹਾਜ਼ਰੀ ਬਹੁਤ ਘੱਟ ਸੀ। ਅਸੀਂ ਸਾਰਾ ਦਿਨ ਕਲਾਸਾਂ ਵਿੱਚ ਠਢੁਰਦੇ ਰਹੇ। ਜਦੋਂ ਛੁੱਟੀ ਹੋਈ ਤਾਂ ਤੁੰਦ ਤਾਦਤੁੰਦ ਤਾਂ ਘੱਟ ਗਈ ਸੀ ਪਰ ਹਵਾ ਵਗ ਰਹੀ ਸੀ ਜਿਸ ਨਾਲ ਠੰਡ ਹੋਰ ਵੱਧ ਗਈ ਸੀ। ਜਦੋਂ ਮੈਂ ਘਰ ਪੁੱਜਾ ਤਾਂ ਮੰਮੀ ਨੇ ਅੰਗੀਠੀ ਪਖਾਈ ਹੋਈ ਸੀ। ਮੈਂ ਵੀ ਉਹਨਾਂ ਕੋਲ ਜਾ ਬੈਠਾ। ਟੈਲੀਵਿਜ਼ਨ ਤੇ ਦੱਸਿਆ ਜਾ ਰਿਹਾ ਸੀ ਕਿ ਅਗਲੇ 3-4 ਦਿਨ ਮੌਸਮ ਇਸੇ ਤਰ੍ਹਾਂ ਹੀ ਠੰਡਾ ਰਹੇਗਾ ਕੁਝ ਸਮੇਂ ਮੰਗਰੋ ਮੇਰੀ ਠੰਡ ਉੱਤਰ ਗਈ ਮੈਂ ਉਸ ਦਿਨ ਮੋੜ ਘਰੋਂ ਬਾਹਰ ਨਾ ਨਿਕਲਿਆ ਤਾਂ ਬੱਚੇ ਉਹ ਪਾਠ ਹੈ ਜਿਹੜਾ ਪੂਰਾ ਹੋ ਚੁੱਕਿਆ ਤੁਸੀਂ ਇਸ ਲੇਖ ਦੇ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਸ ਨੂੰ ਆਪਣੀ ਬੁੱਕ ਦੇ ਉੱਪਰ ਲਿਖ ਸਕਦੇ ਹੋ ਠੀਕ ਹੈ ਤੇ ਇਹ ਪਾਠ ਜਿਹੜਾ ਪੂਰਾ ਹੋ ਚੁੱਕਿਆ ਅਗਲਾ ਪਾਠ ਜਲਦ ਲੈ ਕੇ ਹਾਜ਼ਰ ਹੋ ਜਾਵਾਂਗੇ ਧੰਨਵਾਦ